ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 84 270 19 817। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਸੋਹਣਾ ਖੂਬਸੂਰਤ ਜਰਸੀ ਬੈਡ ਦਾ ਨਗੀਨਾ ਦਿਖਾਉਣਾ। ਡਿਟੇਲ ਵੀਰ ਤੋਂ ਪੁੱਛਦਾ ਕਿਹੜਾ ਸੂਆ ਸੁਣਦੀ ਆ ਅਤੇ ਦੰਦੋ ਕਿਵੇਂ ਆ, ਸਾਰਾ ਬਾਇਓਡਾਟਾ ਵੀਰ ਤੋਂ ਲੈਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸਿਓ ਆਪਣਾ ਜੀ। ਨਾਮ ਰਾਜਦੀਪ ਸਿੰਘ ਹੈ ਜੀ, ਪਿੰਡ ਭਦੌੜਾ, ਜ਼ਿਲ੍ਹਾ ਬਰਨਾਲਾ ਜੀ। ਭਦੌੜ ਤੋਂ ਦੀਪਗੜ੍ਹ ਰੋਡ 'ਤੇ ਬਾਰੇ ਵਾਰ ਰਹਿ ਸਕਦੇ ਹਾਂ। ਜੇ ਦੀਪਗੜ੍ਹੋਂ ਆਓਗੇ ਤਾਂ ਪਹਿਲਾਂ, ਜੇ ਭਦੌੜੋਂ ਆਓਗੇ ਤਾਂ ਲਾਸਟ ਘਰ ਆਪਣਾ। ਮੋਬਾਈਲ ਨੰਬਰ ਆਪਣਾ 95922 74 577 ਅਤੇ ਅੱਜ ਰਾਜਦੀਪ ਆਪਾਂ ਖੂਬਸੂਰਤ ਨਗੀਨਾ ਦੇਖਦੇ ਪਏ ਹਾਂ ਜਰਸੀ ਬੈਡ ਦਾ। ਹਾਂ ਬਾਈ, ਕੀ ਇਹਦਾ ਪਿਛੋਕੜਾ, ਕਿਹੜਾ ਸੂਆ ਸੁਣਦੀ ਹੈ, ਕੀ ਸਾਰੀ ਗੱਲਬਾਤ ਹੈ ਜੀ? ਸੂਆ ਬਾਈ ਦੂਜਾ ਸੁਣਦੀ ਆ, 6 ਦੰਦ ਆ। ਜੈਨੂਨ ਦੂਜਾ ਸੂਆ? ਜੈਨੂਨ ਦੂਜਾ ਸੂਆ ਸੁਣਦੀ ਆ। ਪਿਛਲੀ ਯਾਰ ਦੀ ਬੱਚੀ, ਉਹਨਾਂ ਦੇ ਏਵੀਐਸ ਦਾ ਜੈਗ ਦਾ ਸੀਮਨ ਭਰਿਆ ਹੋਇਆ ਸੀ, ਬੱਚੀ ਖੜੀ ਆ। ਠੀਕ ਹੈ, ਜੈਗ ਦਾ ਹੀ ਏਵੀਐਸ ਦਾ ਐਤਕੀ ਹੈ ਜੀ। ਠੀਕ ਹੈ, ਜੈਗ ਦਾ ਹੀ ਏਵੀਐਸ ਦਾ ਬੱਚਾ ਐਤਕੀ, ਇਹਨੇ ਫਿਰ ਜਨਮ ਦੇਣਾ। ਹਾਂ, ਐਤਕੀ ਵੀ ਉਹੀ ਸੀਮਨ ਲੱਗਿਆ ਦਾ। ਸੀਮਨ ਸੈਕਸਡ ਆ ਜਾਂ ਨੌਨ ਸੈਕਸਡ ਆ? ਨਹੀਂ, ਨੌਨ ਸੈਕਸਡ ਆ ਬਾਈ, ਪਿਛਲੀ ਵਾਰ ਵੀ ਨੌਨ ਸੈਕਸਡ ਹੀ ਸੀਗਾ। ਬੱਚੀ ਪਾਤੀ ਸੀ ਨੇ? ਹਾਂ, ਬੱਚੀ ਆਈ ਆ ਪਿਛਲੀ ਵਾਰ, ਪਰ ਸੈਕਸਡ ਨਹੀਂ ਹੈਗਾ, ਐਵੇਂ ਝੂਠ ਮਾਰਨਾ ਕੋਈ ਫਾਇਦਾ ਨਹੀਂ। ਠੀਕ ਹੈ, ਅਗਲੇ ਨੇ ਆਪਾਂ ਨੂੰ ਗੱਲ ਦੱਸੀ, ਆਪਾਂ ਉਹਨੂੰ ਵੀ ਦੱਸੂਗੇ ਜੀ। ਕਿੰਨਾ ਇਹਦਾ ਮਾਲਕਾਂ ਨੇ ਆਪਾਂ ਨੂੰ ਦੁੱਧ ਦੱਸਿਆ ਪਿਛਲੀ ਵਾਰ ਦਾ? ਮਾਲਕਾਂ ਨੇ ਦੁੱਧ ਵੀਰੇ ਇਹਦਾ 28-29 ਕਿਲੋ, ਹੱਥ ਦੀ ਚਵਾਈ ਦਾ, ਦੋਨੇ ਪਾਸੇ ਬਹਿ ਕੇ ਚੁੰਦੇ ਰਹੇ। ਦੋ ਜਣੇ ਬਹਿ ਕੇ ਚੁੰਦੇ ਸੀ? ਦੋ ਜਣੇ, ਹਾਂ ਦੋ ਜਣੇ ਬਹਿ ਕੇ ਦੋਨੇ ਪਾਸੇ ਚੁੰਦੇ ਰਹੇ ਆ, 28-29 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਗਾ। ਤੇ ਬੈਠਦੇ ਤਾਂ ਆਪਾਂ ਜਿੰਨੀਆਂ ਗੱਲਾਂ ਕਰ ਲਈ ਉਨੀਆਂ, ਥੋੜ੍ਹਾ ਹੈ ਸ਼ੋ ਕੁਆਲਿਟੀ ਵਾਲੀ ਜਮਾ, ਏਦਾਂ ਦਾ ਬੈਠਾ ਆਪਾਂ ਨੂੰ PDF ਮੇਲੇ ਦੇਖਣ ਨੂੰ ਮਿਲ ਜਾ ਸੀ। ਸਾਰੇ ਚੈਨਲਾਂ ਤੇ ਤੂੰ ਦੇਖੀ ਚੱਲ, ਕੋਈ ਇਹੋ ਜਿਹੀ ਮੇਰੇ ਹਿਸਾਬ ਨਾਲ ਮੈਂ ਤਾਂ ਹੁਣ ਦੇਖੀ ਨਹੀਂ, ਕਈ ਦਿਨ ਹੋ ਗਏ। ਠੀਕ ਹੈ, ਕੋਈ ਨਾ ਕੋਈ ਆਉਂਦੀ ਹੋਊ, ਪਰ ਰੋਜ਼ ਨਹੀਂ ਵੀ ਆਜੂ ਇਹ, ਵੀ ਟਾਈਮ ਹੀ ਮਿਲਦੀ ਆ, ਟਾਈਮ ਵੀ ਮਿਲਦੀ ਆ ਕਿਤੇ ਕਿਤੇ। ਸੋ ਮਿਲਣ ਨੂੰ ਕੋਈ ਗੱਲ ਨਹੀਂ, ਆ ਜਾਂਦਾ ਚੀਜ਼ ਹੈ ਨਾ, ਮਿਲ ਸਭ ਕੁਛ ਜਾਂਦਾ ਦੁਨੀਆਂ ਤੇ, ਘਾਟਾ ਕਿਸੇ ਚੀਜ਼ ਦਾ ਨਹੀਂ। ਠੀਕ ਹੈ, ਰੋਜ਼ ਨਹੀਂ ਵੀ, ਜੇ ਤੁਸੀਂ ਕਹਿੰਦੇ ਘੰਟੇ ਬਾਅਦ ਇਹ ਜੀ ਜਰਸੀ ਦੀ ਵੀਡੀਓ ਆ, ਜੇ ਆਪਾਂ ਤੇ ਮੰਨ ਕੇ ਚੱਲੋ ਵੀ 100 ਪਿੰਡ ਘੁਮਾਂਗੇ ਤਾਂ 1-2 ਮਿਲਣਗੀਆਂ ਬਾਈ। ਜੋੜੀ ਮੈਂ ਬਾਅਦ ਚ ਆਇਆ ਸੀ ਵੀ ਵੀਡੀਓ ਪਾਉਣੀ ਆ, ਵੀ ਜੋੜੀ ਬਣਾ ਲਾਂਗੇ, ਪਰ ਬਣੀ ਨਹੀਂ। ਠੀਕ ਹੈ, ਮੁੱਲ ਦਾ ਵੀ ਨਹੀਂ ਆਪਾਂ ਨੂੰ ਕੋਈ ਚੱਕਰ ਹੁੰਦਾ, ਪਰ ਜੋੜੀ ਨਹੀਂ ਬਣੀ। ਐਤਕੀ ਫਿਰ ਇਹ ਤੋਂ ਅੰਦਾਜ਼ਾ ਦੁੱਧ ਵਾਲਾ ਕੀ ਲਾ ਸਕਦੇ? ਜੇ ਕੋਈ ਫਾਰਮ ਵਾਲਾ ਲੈ ਗਿਆ ਤਾਂ ਇਹ 40 ਨੂੰ ਟੱਚ ਕਰ ਸਕਦੀ ਹੈ, ਪਰ ਆਪਾਂ ਮੰਨ ਕੇ ਚੱਲੇ ਕਿੰਨਾ ਕਹਿ ਕੇ ਦੇਵਾਂਗੇ? 35-36 ਕਿਲੋ ਤਾਂ ਆਰਾਮ ਨਾਲ ਹੀ ਦੇ ਦੇਣਾ ਬਾਈ ਇਹਨੇ। ਬਰੀਡ ਵਗੈਰਾ ਵਾਲੇ ਪਾਸੋਂ ਕੋਈ ਆ ਕੇ ਇਹ ਤਾਂ ਕਹਿ ਨਹੀਂ ਸਕਦਾ ਬਈ ਇਹ ਕ੍ਰੋਸ ਆ, ਇਹ ਫਲਾਨਾ। ਤੱਕ ਜੇ ਕੋਈ ਆ ਕੇ ਐ ਕਹਦੇ ਵੀ ਇੱਥੇ ਕਮੀ ਆ, ਆਪਾਂ ਆਉਣ ਜਾਣ ਦਾ ਕਿਰਾਇਆ ਸਾਰਾ ਫ੍ਰੀ ਦੇਵਾਂਗੇ। ਕਮੀ ਤਾਂ ਕੋਈ ਹੈ ਹੀ ਨਹੀਂ, ਕਮੀ ਕੋਈ ਨਾ ਕੋਈ ਕਹਿ ਸਕਦਾ, ਛੋਟੀ ਆ ਜਰਸੀ। ਜੇ ਕਹੀਏ ਜੀ ਵੀਡੀਓ ਚ ਅਗਲੇ ਨੂੰ ਛੋਟੀ ਲੱਗਦੀ ਹੋਵੇ, ਉਹ ਚੱਲ ਵੱਖਰੀ ਆ ਗੱਲ, ਪਰ ਆ ਕੇ ਕੋਲੇ ਦੇਖੂ ਤਾਂ ਛੋਟੀ ਤਾਂ ਹੁਣ ਤੂੰ ਆਪ ਮੜੇ ਨਾਲ ਹੀ ਖੜ ਜਾ, ਆਪਾਂ ਵਰਕਾ ਕੱਢ ਹੀ ਦਿੰਦੇ ਛੋਟੀ ਵਾਲਾ, ਹੁਣ ਤੁਸੀਂ ਆਪ ਦੀ ਬਾਈ ਦੇਖੀ ਜਾਂਦੇ ਹਨਾ। ਠੀਕ ਹੈ, ਛੋਟੀ ਨਹੀਂ ਹੈਗੀ ਕਿਸੇ ਪਾਸੇ, ਸੋ ਮੂਰੋ ਖੜੀ ਮੋਢੇ ਤੱਕ ਜਾਂਦੀ ਆ, ਤੇ ਥਣ ਥੁਣ ਵੀ ਹਾਥੀ ਚ ਵਈ ਜਿਹੜਾ ਗੁੱਲੇ ਵਾਲਾ, ਵਜਨਦਾਰ, ਕਿਸੇ ਪਾਸੋਂ ਕਮੀ ਨਹੀਂ ਹੈਗੀ। ਐ ਮੰਨ ਲਾ ਹਜੇ ਵੀ 3-4 ਦਿਨ ਕੱਢਦੀ ਆ, ਵਿੱਚ ਬਹੁਤ ਵੀਰ ਏਦਾਂ ਦੀ ਜਰਸੀ ਲੈਣ ਦੀ ਖਾਤਰ 5-5, 10-10 ਹਜ਼ਾਰ ਰੁਪਇਆ ਦਲਾਲੀ ਦੇਣ ਨੂੰ ਤਿਆਰ ਆ, ਚੀਜ਼ ਏਦਾਂ ਦੀ ਮਿਲਦੀ ਨਹੀਂ। ਨਹੀਂ ਮਿਲਦੀ ਵੀਰੇ, ਇੱਕ ਗੱਲ ਇਹਦੇ ਚ ਹੋਰ ਬਹੁਤ ਵਧੀਆ ਗੀ, ਨਾ ਤਾਂ ਇਹ ਕਿਸੇ ਫਾਰਮ ਚੋਂ ਚੱਲੀ ਵੀ ਆ, ਬਿਲਕੁਲ ਘਰੇਲੂ ਬੰਦੇ ਕੋਲੋਂ ਚੱਲੀ ਆ, ਪਹਿਲੀ ਵਾਰ ਘਰੋਂ ਬੈਠ ਨਿਕਲੀ ਆ ਇਹ। ਠੀਕ ਹੈ, ਇੱਕ ਤਾਂ ਬੈਠਾ ਹੁੰਦੇ ਆ ਵੀ ਪਿਛਲੀ ਵਾਰ ਤੋਂ ਪਿਛਲੀ ਵਾਰ ਪਕਾਊ ਸੀ ਉਧਰ ਬਾਗੀ ਉਧਰ, ਪਹਿਲੀ ਵਾਰ ਘਰੋਂ ਨਿਕਲੀ ਆ, ਇਸ ਚੀਜ਼ ਦੀ ਫੁੱਲ ਗਰੰਟੀ ਆ। ਥਣਾਂ ਦੀਆਂ ਧਾਰਾਂ ਹੋਣਗੀਆਂ ਨਾ, ਇਹ ਪੂਰੀਆਂ 2 ਦੀ ਮੋਟਰ ਆ ਗਈਆਂ, ਹੁਣ ਇਹ ਦਿਨ ਕਹਿ ਲੈਂਦੀ ਆ ਸਹੀ, ਦਿਨ ਮੇਰੇ ਹਿਸਾਬ ਨਾਲ 4-5 ਹਜੇ ਕੱਢੂਗੀ ਬਾਈ, ਤੇ ਬਾਕੀ ਸ਼ਾਂਤ ਸਵਾਰਾ ਸਾ ਫੜਾ ਜੀ ਤੋਂ ਉੱਥੇ ਖੜ ਜਾ ਜਾਵਾਂ ਵੀਰੇ। ਯਾਰ ਚਮਕਦਾ ਦੇਖ, ਜਿਵੇਂ ਸਿਆਉਣੇ ਦਾ ਹੁੰਦਾ ਨਾ ਰੰਗ, 24 ਕੈਰਟ ਦਾ ਸਿਆਉਣਾ ਹੈ। ਠੀਕ ਹੈ, ਹਜੇ ਨਵਾਈ ਨਹੀਂ, ਰੇਤਾ ਪਿੰਡ 'ਚ ਤੇਰੇ ਸਾਹਮਣੇ ਕਿੰਨਾ ਪਿਆ, ਤੇ ਮੁੱਲ ਕਰ ਫਿਰ ਵੀਡੀਓ 'ਚ ਕੀ ਕਰਨਾ। 1,60,000 ਆ ਚਲੋ, ਆਪਾਂ ਦੇਵਾਂਗੇ ਕਿੰਨੇ ਜੀ? ਬਸ ਮਾਨਦਾਨ ਕਰ ਦਾਂਗੇ ਵੀਰੇ, ਬਸ 2-4 ਹਜ਼ਾਰ ਦਾ ਮਾਨਦਾਨ ਹੋ ਜਾਊਗਾ, ਜਾਏ ਜਾਏ ਜਾਈ ਹੋਊਗਾ, ਇੰਨਾ ਤਾਂ ਬਾਲਾ ਹੋ ਜੂ। ਠੀਕ ਹੈ, ਬਾਕੀ ਮੁੱਲ ਲਾਉਣ ਤੇ ਵੀਰ ਦੇ ਜਿਹਦੇ ਕਿਸੇ ਦੇ ਫਿੱਟ ਆ ਗਈ ਹਨਾ, ਪਰ ਜਿਹਦੇ ਸਮਝ ਆਊਗੀ, ਇਹ ਮੇਰੇ ਹਿਸਾਬ ਨਾਲ ਘਰ ਉਹਦੀ ਜਾਊਗੀ। ਹਾਂ, ਦਿਲ ਨਹੀਂ ਤੋੜਦੇ ਕਿਸੇ ਦਾ,
ਉਹੋ ਜਿਹਾ ਚੱਲ ਬੰਦੇ ਨਾਲ ਕਰਾਂਗੇ ਕੰਪਰੋਮਾਈਜ਼ ਜਿੰਨਾ ਹੋ ਸਕਿਆ। ਠੀਕ ਹੈ, ਸੋ ਇਹ ਤਾਂ ਗੱਲ ਹੈ ਨੀ ਕੋਈ ਵੀਰ ਕਹੇ 80-90 ਲੱਖ ਉਹ ਫਾਇਦਾ ਕੋਈ ਨਹੀਂ। ਚਲੋ ਗੱਲਾਂ ਹੀ ਵੱਖਰੀਆਂ ਇੰਨੇ ਵਾਲਾ। ਠੀਕ ਹੈ ਹਨਾ, ਚਲੋ ਜਿਹੇ ਜਿਹੇ ਆਪਣੇ ਕੋਲ 80-90 ਚੀਜ਼ ਹੁੰਦੇ ਉਹਦੇ ਆਪਾਂ 80 ਮੰਗ ਲੈਂਦੇ ਉਹਦਾ, ਤੇ ਜਦੋਂ ਡੇਢ ਵਾਲੀ ਚੀਜ਼ ਆ 60 ਵਾਲੀ ਚੀਜ਼ ਆਪਾਂ 60 ਮੰਗਾਂਗੇ ਉਹਦਾ। ਮਾੜਾ ਮੂੰਹ ਦਿਖਾ, ਇਹਦੇ ਮੁੱਲ ਹੀ ਸਾਰਾ ਮੂੰਹ ਦਾ ਹੁੰਦਾ ਇਹਨਾਂ ਦੇ। ਸੋ ਦੇਖੋ ਮੱਥੇ ਦੇ ਟੋਆ, ਕੰਨ ਨਿੱਕਾ ਨਿੱਕਾ। ਕੋਈ ਵੀਰ ਆ ਕੇ ਕਹਿ ਦੇ ਵੀ ਜਰਸੀ ਹੈ ਨੀ ਗੀ ਤਾਂ ਆਪਾਂ ਉਹਨੂੰ ਗੱਡੀ 'ਚ ਤੇਲ ਪਾ ਕੇ ਤੋਰਾਂਗੇ। ਅਸਲ ਜਿਵੇਂ ਕਹਿੰਦੇ ਹੁੰਦੇ ਨਸਲ ਦਾ ਵੱਟਾ ਪੈਂਦਾ, ਨਸਲ ਨਸਲ ਹੀ ਹੈ। ਨਸਲ ਦਾ ਪਾਕਿਸਤਾਨ ਵਾਲੇ ਨੀ ਕਹਿੰਦੇ ਹੁੰਦੇ, ਅਸਾਂ ਨੂੰ ਕਹਿੰਦਾ ਨਸਲ ਦਾ ਸ਼ੌਂਕ ਆ, ਚਾਹੇ ਸੱਪ ਹੀ ਹੋਵੇ ਚੰਗੀ ਨਸਲ ਦਾ, ਉਹ ਚੀਜ਼ ਹੈ। ਜੈ ਗੱਲ ਆ, ਨਸਲ ਆ ਬਰੀਡ, ਮੂੰਹੋਂ ਬੋਲੂ, ਆਪਾਂ ਨੂੰ ਦੱਸਣ ਦੀ ਬਾਹਲੀ ਲੋੜ ਨਹੀਂ। ਠੀਕ ਹੈ, ਤੇ ਅੱਜ ਤੋਂ 4-5 ਦਿਨਾਂ ਨੂੰ ਜਿੱਦਾਂ ਨੇ ਸੂਣਾ ਨਾ, ਠੀਕ ਹੈ, ਜਿਵੇਂ ਸ਼ੋਅ 'ਚ ਤੋਰਦੇ ਹੁੰਦੇ ਆਏ ਫੜ ਕੇ ਜਾਨਵਰ, ਠੀਕ ਹੈ, ਬਾਹਰਲੇ, ਉਹ ਚੀਜ਼ ਇਹਨੇ ਬਣ ਜਾਣਾ। ਤੂੰ ਹੁਣ ਤੋਰਾ ਦੇਖਦਾ ਪੈਸਾ ਕਲਰ ਕੁਲਰ ਤੇ ਬਹੁਤ ਪਿਆਰਾ ਆ ਜਾਵਾਂ, ਹਨਾ। ਸੋ ਫਿਰ ਖੁੱਲੇ ਥਾਂ 'ਚ ਤੋਰ ਸਮਾਰ ਕੇ ਕੱਢ ਗਰਾਊਂਡ 'ਚੋਂ ਬਾਹਰ ਇਹਨੂੰ ਜਾਵਾਂ। ਸੋ ਫਿਰ ਦੇਖੋ ਜਾਵਾਂ, ਜਿਵੇਂ ਸੱਪ ਪਾਣੀ 'ਚ ਲੈਵੇਂ, ਸੱਪ ਖਾਂਦਾ, ਇਹ ਵੀ ਤੁਰਦੀ, ਸੱਪ ਵਾਂਗੂ ਹੀ ਤੁਰਦੀ ਆ। ਬਰੀਡ, ਠੰਡਾ ਪਣ, ਦੁੱਧ, ਤੇ ਜਿਹੜੇ ਇਹਦੇ ਬੱਚੇ ਪਾਉਣੇ ਆ, ਚੈਂਪੀਅਨ ਬੱਚੇ ਪੈਦਾ ਕਰਨੇ ਆ। ਕੋਈ ਇਹ ਨਹੀਂ ਗੱਲ, ਕੋਈ ਵੀਰ ਕਹਿੰਦਾ ਵੀ ਆਪਾਂ ਟਰਾਲੀ ਦੇ ਉੱਤੇ ਆਪਾਂ ਮੇਲਾ ਦੇਖੀਏ, ਉਹਨਾਂ ਨੇ ਬੈਠੇ ਵੀ ਸਾਡੇ ਹੱਥ 'ਚ ਕਦੋਂ ਆਊਗੀ, ਇਹ ਬੱਚਾ ਦੇ ਦੇ ਵੀ ਆਪਾਂ ਦਾਅਵਾ ਕਰਦੇ, ਉਹਨੂੰ ਸਾਂਭਣ ਵਾਲਾ ਚਾਹੀਦਾ ਮੇਲੇ ਦੇ ਵਿੱਚ। ਦਾਅਵਾ ਵੀ ਦੂਜਾ ਤੀਜਾ ਨੰਬਰ, ਪਹਿਲਾ ਨੰਬਰ ਮਿਲੂ, ਉਹ ਸਾਂਭ ਸੰਭਾਲ 'ਤੇ ਹੁੰਦਾ, ਪਹਿਲਾ ਦੂਜਾ ਤੀਜਾ। ਉਹੀ ਗੱਲ ਆਪਾਂ ਉਹੀ ਗੱਲ ਕਰਦੇ, ਮੇਲੇ 'ਚ ਖੜੂਗੀ ਬੱਚਾ ਜਾ ਕੇ, ਠੀਕ ਹੈ। ਸੋ ਫਿਰ ਇੱਦਾਂ ਦੀ ਬੱਚੀ ਦਾ ਜਿਹਨੂੰ ਮਰਜ਼ੀ ਫੋਨ ਲਾ ਦਿਉ ਵੀ ਆਹ ਬੱਚੀ ਬੈਡ ਆਪਾਂ ਲੈਤੀ ਸੀ, ਇਹਦੀ ਬੱਚੀ ਪਕਾਊਗਾ, ਚੁਟਕੀ ਮਾਰ ਕੇ ਵੇਖਣੀ ਆ ਜਮਾ, ਦੇਖ ਜਮਾ ਜੈ ਗੱਲ। ਸੋ ਦੇਖੋ ਫੇਸ ਕੁਆਲਿਟੀ, ਸ਼ਾਂਤੀ ਹੋਊਗੀ। ਮੁੱਲ ਇਹਦਾ ਹੈਗਾ 1,60,000, 60 ਚੋਂ ਮਾਨ ਤਾਨ ਆਪਾਂ ਜ਼ਰੂਰ ਕਿਸੇ ਬੰਦੇ ਦਾ ਦੂਰ ਨੇੜੇ ਵਾਲੇ ਭਾਈ ਜਿਆਦਾ, ਹਨਾ, ਠੀਕ ਹੈ, ਜ਼ਰੂਰ ਕਰਾਂਗੇ। ਬਾਕੀ ਜੇ ਕਿਸੇ ਨੂੰ ਵੀਡੀਓ ਵਟਸਐਪ ਤੇ ਚਾਹੀਦੀ ਆਪਣੇ ਕੋਲੇ ਬਣਾਈਆਂ, ਕੱਲ ਦੀਆਂ ਹੈਗੀਆਂ ਨੇ ਉਹ ਵੀ ਪਾ ਦਾਂਗੇ, ਤੇ ਪਰ ਐ ਮੰਨ ਲਓ ਵੀ ਸੂਤ ਦਾ ਫਰਕ ਨਹੀਂ ਕਿਸੇ ਪਾਸੇ, ਲੈ ਥਣ ਸਮਾਰ ਕੇ ਦਿਖਾ ਜੀ, ਰੋਕ ਕੇ ਰੱਖੇ ਦਿਖਾ ਦੂ। ਸੋ ਥਣ ਵਗੈਰਾ ਦੇਖੋ ਆਪਾਂ ਦਿਖਾਉਣ ਕੱਲੇ ਕੋਈ ਕਸਰ ਨਹੀਂ ਛੱਡਦੇ, ਦੁੱਧ ਵਾਲੀ ਕੁਆਲਿਟੀ ਵੀਰੇ ਯਾਰ, ਠੀਕ ਹੈ, ਇੱਕ ਸੂਤ ਦਾ ਵੀ ਫਰਕ ਨਹੀਂ। ਵਿੱਚ ਵੀਰ ਕਹਿੰਦੇ ਸਾਨੂੰ ਵਟਸਐਪ ਤੇ ਵੀਡੀਓ ਪਾ ਦਿਓ, ਕੀ ਕਾਰਨ ਹੁੰਦਾ? ਉਹ ਐ ਹੁੰਦਾ, ਅਗਲਾ ਕਹਿੰਦਾ ਦੂਰੋਂ ਆ, ਸਮਾਰ ਕੇ ਇੱਕ ਵਾਰੀ ਹੋਰ ਦੇਖ ਲਈਏ, ਠੀਕ ਹੈ, ਪਰ ਦਿਖਾਉਣ ਵੇਲੇ ਯੂਟਿਊਬਰ ਕੋਈ ਵੀ ਕਸੀ ਕਮੀ ਨਹੀਂ ਛੱਡਦਾ। ਹੁਣ ਆਪਾਂ ਜੀ ਛੱਡੀ ਆ, ਆਪਾਂ ਇੰਨੀ ਵੀ ਗੱਲ ਕਹਿਤੀ, ਜਰਸੀਆਂ ਦੇ ਵਿੱਚ ਫੁੱਲ ਵੱਡੀ ਆ, ਜੈ ਜੈ ਕਰ, ਆ ਕੇ ਅਗਲੇ ਨੂੰ ਚੰਗੀ ਲੁੱਕ ਫੇਰ ਲਈ ਆਣੀ ਆ, ਕੋਈ ਧੱਕਾ ਨਹੀਂ ਕਿਸੇ ਨਾਲ, ਹਨਾ। ਤੇ ਵੀਡੀਓ 'ਚ ਕਈ ਵਾਰੀ ਬੰਦੇ ਨੂੰ ਛੋਟੀ ਲੱਗ ਸਕਦੀ ਆ, ਕਿਉਂਕਿ ਵੀਡੀਓ ਕਈ ਤਰ੍ਹਾਂ ਦੀਆਂ ਬਣ ਜਾਂਦੀਆਂ, ਵੱਡਾ ਪਸ਼ੂ ਛੋਟਾ ਰਹਿ ਜਾਂਦਾ, ਕਈ ਵਾਰੀ ਛੋਟਾ ਵੱਡਾ ਲੱਗੀ ਜਾਂਦਾ, ਜੈ ਜੈ ਗੱਲ ਆ। ਤੇ ਆਗੇ ਵੱਡੀ ਨਿਕਲੂ, ਛੋਟੀ ਨਹੀਂ ਨਿਕਲਦੀ ਬਾਈ। ਸੋ ਹਵਾਨਾ ਅੱਗੇ ਪਿੱਛੇ ਦਾ ਦੋਨੇ ਪਾਸੇ ਮਿਲਕਵੇ ਨਾ। ਸੋ ਵੀਰੋ ਮੰਨ ਕੇ ਚੱਲੋ, ਆਹ ਦੇਖੋ ਭਾਰਤ ਦਾ ਨਕਸ਼ਾ, ਇਹ ਹੁਣ ਦੂਜਾ ਸੂਆ ਸੁਣਦੀ ਹੈ, ਕੈਮਰਾ ਹਟਾਉਣ ਨੂੰ ਜੀ ਨਹੀਂ ਕਰਦਾ, ਇਕੱਲੀ ਬੈਠ ਤੇ 7 ਮਿੰਟ ਲੱਗ ਗਏ, ਅਤੇ ਨਹੀਂ ਮੰਨ ਕੇ ਚੱਲੋ 7 ਮਿੰਟਾਂ 'ਚ ਮੈਂ ਬੈਠਾ 9-10 ਦਿਖਾ ਦਿੰਦਾ ਹੁੰਦਾ, ਅਤੇ ਅੱਜ ਦਾ ਫਿਰ ਮੰਨ ਕੇ ਚੱਲੋ ਵੀ ਹਟਣ ਨੂੰ ਜੀ ਨਹੀਂ ਕਰਦਾ ਪਿਆ, ਲੈ ਚੱਲ ਬੰਨੀ ਕਰਾਂ ਇਹਨੂੰ। ਸੋ ਫਿਰ ਐਡਰੈਸ ਦੁਬਾਰਾ ਤੋਂ ਨੋਟ ਕਰ ਸਕਦੇ ਹੋ, ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ, 9599227571, ਟੋਪ ਕਲਾਸ ਦਾ ਨਗੀਨਾ ਦਿਖਾਤਾ। ਜਿਵੇਂ ਕਹਿੰਦੇ ਆ, ਜਿੰਦ ਕੱਲੀ ਦੇ ਮਲਾਜੇਦਾਰ ਵਾਲੇ, ਕਿਹਦਾ ਕਿਹਦਾ ਮਾਣ ਰੱਖਦਾ, ਜਿਹੜੇ ਵੀਰ ਦੇ ਪਸੰਦ ਆ ਗਈ ਤਾਂ ਝੱਟ ਭੱਟ ਵਾਲਾ ਕੰਮ ਕਰਿਓ, ਅਤੇ ਬਹੁਤ ਵੀਰ ਬਾਅਦ 'ਚੋਂ ਕੌਲ ਕਰਦੇ ਢਿੱਲੋ ਅਸੀਂ ਰਹਿ ਗਏ, ਇੱਦਾਂ ਦੀ ਹੋਰ ਹੋਵੇ, ਇੱਦਾਂ ਦੀਆਂ ਮੰਨ ਕੇ ਚੱਲੋ ਵੀ 2-2.5 ਮਹੀਨਿਆਂ ਬਾਅਦ ਵੀਡੀਓ ਕਵਰ ਕਰਨ 'ਚ ਮਿਲਦੀ ਹੈ। ਕਦੇ ਪਹਿਲੀ ਗੱਲ ਤਾਂ ਇੱਦਾਂ ਚੀਜ਼ ਕੋਈ ਵੇਚਦਾ ਨਹੀਂ, ਕੋਈ ਮਜਬੂਰੀ ਜਾਂ ਨਗ ਜ਼ਿਆਦਾ ਹੋ ਜਾਂਦੇ ਆ, ਇਹ ਵੀ ਆਪਾਂ ਦੱਸ ਦਿੰਦੇ ਆ ਕਿਉਂ ਵੇਚੀ ਆ ਬਾਈ ਨੇ, ਠੀਕ ਹੈ, ਇਹਦੀ ਪਿਛਲੇ ਸੂਏ ਦੀ ਬੱਚੀ ਆ, ਉਹਦੇ ਵੀ ਟੀਕਾ ਲੱਗ ਗਿਆ, ਇੱਕ ਗਾਂ ਜਰਸੀ ਫੇਰ ਸੂਣ ਵਾਲੀ ਆ, ਠੀਕ ਹੈ, 4 ਝੋਟੀਆਂ ਸੂਣ ਦੀਆਂ ਬਾਈ ਦੀਆਂ, ਆਪਣੇ ਕੋਲੇ ਵੀਡੀਓ ਬਣਾਉਣ 'ਚ ਬਕਾਇਦਾ ਘਰ ਦੀ ਵੀ ਪਈ ਆ।
ਠੀਕ ਆ ਫਿਰ ਨਾਗ ਜਿਆਦਾ ਫਿਰ ਨਾਲ ਅਗਲਾ ਚਾਰ ਪੈਸੇ ਵੀ ਵੱਟਣੇ ਬੰਦੇ ਨੇ ਹਨਾ ਯਾਰ ਹੱਕ ਫੇਰ ਹੀ ਸਵਾਦ ਆ ਜੇ ਹੁਣ ਆਪਾਂ ਕਣਕ ਬੀਜ ਆਪਾਂ ਖਾਣ ਜੋਗੀ ਰੱਖ ਕੇ ਵੇਚਾਂਗੇ ਅੱਗੇ ਸੋ ਜਾਇਜ਼ ਗੱਲ ਆ ਸੋ ਵੀਰੋ ਬਹੁਤ ਸੋਹਣਾ ਨਗੀਨਾ ਇੱਕ ਵਾਰ ਦੁਬਾਰਾ ਤੋਂ ਫਿਰ ਗੱਲ ਰਿਪੀਟ ਕਰ ਦਈਏ ਬਹੁਤ ਵੀਰ ਕਾਲ ਕਰਦੇ ਆ ਕਿ ਜਰਸੀ ਚੰਗੀ ਚਾਹੀਦੀ ਆ ਅਤੇ ਆਹ ਜਰਸੀ ਅੱਜ ਨਗੀਨਾ ਜਿਹੜਾ ਵੀਰ ਲੈ ਗਿਆ ਕਰਮਾਂ ਨੂੰ ਰੱਬ ਉਮਰ ਲੰਬੀ ਲਾਵੇ ਸਹੀ ਸਲਾਮਤ ਸੂਪੇ ਜੇਰ ਵਗੈਰਾ ਵਧੀਆ ਪੈ ਜਾਵੇ ਇਹਦੀ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਾ ਆਵੇ ਪੀਡੀਐਫ ਮੇਲੇ ਦੇ ਵਿੱਚ ਜਿਵੇਂ ਉਹ ਗੋਰੇ ਨੇ ਆਉਂਦੇ ਗੋਰਿਆਂ ਨਾਲ ਫੋਟੋ ਖਿਚਵਾਊਗੀ ਇਹਨੇ ਇਹਦੇ ਬੱਚਿਆਂ ਨੇ ਉਹ ਅੰਗਰੇਜ਼ਾਂ ਨਾਲ ਫੋਟੋ ਇਹ ਖਿਚਾਊਗੀ ਜਾ ਕੇ ਤੇ ਭਾਅ ਅੱਜ ਮੰਨ ਕੇ ਚਲੋ 1.5 ਲੱਖ ਤੋਂ ਥੋੜਾ ਜਿਹਾ ਗਾਹਰ ਜਾਣਾ ਪੈਣਾ ਬਾਈ ਇੱਕ ਥੋੜੀ ਜਿਹੀ ਗੱਲ ਰਹੇਗੀ ਅੱਜ ਅਸੀਂ ਬੱਸੀਆਂ ਦੇਖਣਗੇ ਕਿਸੇ ਦੇ ਘਰੇ ਠੀਕ ਹੈ ਕ੍ਰੋਸ ਬੱਸੀਆਂ ਵਿਕਾਊ ਜਿਹੜੀਆਂ ਚੰਗੀਆਂ ਸੀ ਇੱਕ ਪਾਸੇ ਅਸੀਂ ਪੁੱਛ ਲਿਆ ਵੀ ਬਾਈ ਇਹ ਨਹੀਂ ਵੇਚਦੇ ਬਾਈ ਦਾ ਉਹਦਾ ਜਵਾਬ ਇਹ ਸੀ ਕਹਿੰਦਾ 20 ਸਾਲ ਹੋ ਗਏ ਬਾਈ ਬਰੀਡ ਬਣਾਉਂਦਿਆਂ ਨੂੰ ਠੀਕ ਹੈ ਫੇਰ ਇਹ ਬਣੀ ਆ ਕਹਿੰਦਾ ਉਹ ਜੀ ਨਹੀਂ ਕੀ ਵੇਚ ਲਾਂਗੇ ਕਹਿੰਦਾ ਅਸੀਂ ਤੇ ਉਹ ਚੀਜ਼ਾਂ ਪੈਸੇ ਪਿੱਛੇ ਜੇ ਹੁਣ ਸੋਚੇ ਤਾਂ ਜਿਹੜਾ ਆਮ ਬੰਦਾ ਤਾਂ 1-60 ਸੋਚੇ ਬਹੁਤ ਆ ਯਾਰ ਪਰ ਜਿਹੜਾ ਬੰਦਾ ਇਹ ਸੋਚਦਾ ਵੀ 20 ਸਾਲ ਮੱਥਾ ਨਹੀਂ ਮਾਰਨਾ ਸਿੱਧਾ ਸਟੈਪ ਆ ਬਾਈ ਸਿੱਧੀ ਪੌੜੀ ਤਾਂ ਜਾਲਾ ਤੰਬਾ ਜਾਂਦਾ ਜਿਵੇਂ ਬਣੀ ਬਣਾਈ ਆ ਯਾਰ ਜਿਵੇਂ ਜਿਹੜੇ ਤਾਂ ਲੋਕਾਂ ਕੋਲੇ ਬਹੁਤ ਪਏ ਆ ਜਿਹੜੇ ਕੈਨੇਡਾ ਗਏ ਨੂੰ 50 ਸਾਲ ਹੋ ਗਏ ਉਹ ਤਾਂ ਉੱਥੇ ਘਰ ਵੀ ਬਣਾਈ ਬੈਠੇ ਨਵੇਂ ਗਏ ਤਾਂ ਘਰ ਨਹੀਂ ਬਣਦਾ ਹਾਂ ਨਵੀਂ ਤੋਂ ਨਹੀਂ ਪਤਾ ਦੁਨੀਆ ਕੋਲੇ ਪੈਸੇ ਦੀ ਨਹੀਂ ਕਮੀ ਹੈਗੀ ਪਰ ਚੀਜ਼ ਮਿਲੇ ਪੈਸਾ ਹੁਣ ਹਰੇਕ ਬੰਦਾ ਲਾਉਂਦਾ ਠੀਕ ਹੈ ਪਰ ਚੀਜ਼ ਵੀ ਪੈਸੇ ਨਾਲ ਕਦੇ ਮਿਲ ਜੇ ਕਰਮਾਂ ਨਾਲ ਮਿਲ ਜੇ ਇਹ ਹੁਣ ਦੇਖ ਰਿਹਾ ਕਿਹਦੇ ਕਰਮ ਜਾਗਦੇ ਆ ਬਹੁਤ ਸੋਹਣਾ ਨਗੀਨਾ ਦਿਖਾਤਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ